ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਫਿਰ ਇੱਕ ਵਾਰੀ ਬਾਬਾ ਪਾਲਾ ਜੀ ਬਾਰੇ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਕਿਉਂਕਿ ਜਦੋਂ ਬਾਬਾ ਪਾਲਾ ਜੀ ਪੂਰੇ ਹੋਏ ਸੀਗੇ ਤੇ ਆਸਟ੍ਰੇਲੀਆ ਤੋਂ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ। ਉਸ ਵੀਡੀਓ ਨੂੰ ਆਪ ਜੀ ਨੇ ਬਹੁਤ ਸੰਤਾਂ ਕਰਕੇ, ਬਹੁਤ ਬਾਬਾ ਜੀ ਕਰਕੇ ਬਹੁਤ ਪਿਆਰ ਦਿੱਤਾ। ਮੈਂ ਪਹਿਲਾਂ ਵੀ ਉਸ ਵੀਡੀਓ ਵਿੱਚ ਕਿਹਾ ਕਿ ਸਾਡਾ ਨਾਨਕੇ ਪਰਿਵਾਰ ਦਾ ਬਾਬਾ ਜੀ ਨਾਲ ਬਹੁਤ ਗੂੜਾ ਪਿਆਰ ਸੀਗਾ, ਸਤਿਕਾਰ ਸੀਗਾ। ਸੋ ਕੁਝ ਗੱਲਾਂ ਰਹਿ ਗਈਆਂ ਸੀਗੀਆਂ ਜੋ ਮੇਰੇ ਪਰਿਵਾਰ ਇੰਡੀਆ ਦੇ ਵਿੱਚ ਰਹਿੰਦਾ, ਜੋ ਮੇਰੇ ਮਾਤਾ ਜੀ ਹੁਣ ਆਸਟ੍ਰੇਲੀਆ ਆਏ ਆ, ਅੱਜ ਉਹਨਾਂ ਕੋਲੋਂ ਸੁਣਦੇ ਹਾਂ। ਅੱਜ ਉਹਨਾਂ ਕੋਲੋਂ ਸੁਣਦੇ ਹਾਂ ਕਿ ਉਹਨਾਂ ਨੇ ਬਾਬਾ ਪਾਲਾ ਜੀ ਨਾਲ ਕਿਵੇਂ ਦਰਸ਼ਨ ਕੀਤੇ, ਕੀ ਵਿਚਾਰ ਹੋਏ ਉਹਨਾਂ ਦੇ। ਸੋ ਮਾਤਾ ਜੀ ਦੱਸੋਗੇ ਤੁਸੀਂ ਵੀ ਮਤਲਬ ਪਹਿਲੀ ਵਾਰ ਬਾਬਾ ਜੀ ਨੂੰ ਤੁਹਾਨੂੰ ਕਿੱਥੇ ਮਿਲੇ, ਕਿੱਦਾਂ ਤੁਹਾਨੂੰ ਪਤਾ ਲੱਗਾ ਬਾਬਾ ਪਾਲਾ ਜੀ ਦਾ? ਵੀਰ ਦੇ ਭੋਗ ਤੇ ਗਏ ਰਾਮ ਸਿੰਘ ਦੇ, ਥੋੜਾ ਉੱਚੀ ਬੋਲੇ, ਵੀਰ ਦੇ ਭੋਗ ਤੇ ਗਏ ਰਾਮ ਸਿੰਘ ਦੇ। ਤੇ ਮੈਂ ਤੇ ਸੁੱਖ ਇਥੋਂ ਬਾਸਰਪੁਰੇ ਤੋਂ ਗੱਡੀ ਤੇ ਗਏ ਸਾਂ। ਅੱਛਾ ਅੱਛਾ। ਤੇ ਗੱਡੀ ਅਸੀਂ ਲੱਗੇ ਸਟਾਰਟ ਕਰਨ ਤੇ ਸਾਰੇ ਲੋਕੀ ਹੱਥ ਜੋੜ ਜੋੜ ਕੇ ਖਲੋਤੇ ਬਾਬਾ ਜੀ ਦੇ ਲਾਗੇ। ਸਾਨੂੰ ਇਹ ਵੀ ਨੀ ਪਤਾ ਬਾਬਾ ਜੀ ਦੇ ਅਜੇ ਦਰਸ਼ਨ ਨਹੀਂ ਸੀ ਕੀਤੇ, ਬਾਬਾ ਕਾਲੇ ਦੀ ਗੱਲ। ਹਾਂ, ਬਾਬਾ ਬਕਾਲੇ ਸਾਹਿਬ ਦੀ। ਹਾਂਜੀ। ਤੇ ਉਹ ਸੁੱਖ ਆਂਦਾ ਵੀ ਮਾਤਾ ਇਹੋ ਬਾਬਾ ਪਾਲਾ ਸਿੰਘ ਹੀ, ਹੱਥ ਜੋੜ ਕੇ ਸੰਗਤ ਖਲੋਤੀ। ਤੇ ਅਸੀਂ ਵੀ ਬੇਨਤੀ ਕੀਤੀ ਵੀ ਮੈਂ ਰਾਮ ਸਿੰਘ ਦੀ ਛੋਟੀ ਭੈਣ ਵਾਂ ਤੇ ਬਾਬਾ ਜੀ ਭੋਗਦੇ ਆਏ ਹਾਂ। ਤੇ ਸੁੱਖ ਨੂੰ ਆਂਦਾ ਆਪਣੀ ਨਾਨੀ ਨੂੰ ਜਾਣਦਾ, ਆਂਦਾ ਹਾਂਜੀ, ਆਂਦਾ ਮੈਂ ਇੱਕ ਮਹੀਨਾ ਤੁਹਾਡੀ ਹਵੇਲੀ ਚ ਰਿਹਾ ਵਾਂ। ਕਿਉਂ, ਕੀ ਗੱਲ? ਉਦੋਂ ਬਾਬਾ ਜੀ ਦੀ ਲੱਤ ਟੁੱਟੀ ਸੀ। ਅੱਛਾ। ਤੇ ਉੱਥੇ ਫਿਰ ਗਾਈਆਂ ਵੀ ਉਦੋਂ ਇੰਨੀਆਂ ਨਹੀਂ ਸੀ, ਜ਼ਿਆਦਾ ਘੱਟ ਸੀ। ਤੇ ਆਂਦੇ ਵੀ ਲੋਕੀ ਕਲੇਰਾਂ ਦੇ ਸੇਵਾ ਪੱਠੇ ਵੱਢ ਵੱਢ ਕੇ ਸਾਹਿਬ ਤੇ ਨਾਲ ਜਿਹੜੇ ਸਿੰਘੀ ਉਹ ਪਾਉਂਦੇ ਰਹੇ। ਤੇ ਉੱਥੇ ਬਾਬਾ ਜੀ ਆਂਦੇ ਵੀ ਤੇਰੀ ਮਾਤਾ ਜਿਹੜੀ ਨਾਨੀ ਸੀ ਨਾ ਮੇਰੇ, ਇੱਕ ਮਹੀਨਾ ਬਹੁਤ ਸੇਵਾ ਕੀਤੀ ਹੈ ਨਾਨੀ ਸਰਜੀਤ ਕੌਰ ਨੇ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ ਅਸੀਂ ਆ ਗਏ, ਆਂਦੇ ਆਂਦੇ ਜਲ ਪਾਣੀ ਛੱਕ ਕੇ ਉੱਥੋਂ ਚਲੋ ਸ਼ਰਦਾਈ ਛਕੋ ਪ੍ਰਸ਼ਾਦੇ ਛਕੋ। ਮੈਂ ਤੇ ਸੁੱਖ ਉਹਨਾਂ ਦੇ ਕਹਿਣ ਤੇ ਪ੍ਰਸ਼ਾਦਾ ਵੀ ਛਕਿਆ, ਫਿਰ ਦੁਬਾਰਾ ਛਕੇ ਤੂੰ ਛਕਣਾ ਪਿਆ ਵੀ ਮਹਾਰਾਜ ਮਹਾਂਪੁਰਸ਼ਾਂ ਦੇ ਵੀ ਸੁਣਿਆ ਸੀ ਨਾ ਇੱਦਾਂ ਕਰਦੇ ਆ ਵੀ ਭਤੀਜੇ ਵੀ ਦੂਜੇ ਜਿਹੜਾ ਵੱਡਾ ਹੁਣ ਆਖਣਾ ਵੀ ਬਾਬੇ ਪਾਲਾ ਸਿੰਘ ਆ, ਹਾਂ ਜੋਤੇ ਦਾ ਕਾਕਾ ਵੀ ਦੂਜਾ ਵੀ, ਮੈਂ ਆਖਣਾ ਬਾਬਾ ਪਾਲਾ ਸਿੰਘ ਸਾਰੇ ਚੱਲ ਜਾਂਦੇ, ਪੜ੍ਹਨ ਲਿਖਣ ਦਾ ਨੀ ਕੋਈ ਕਰਦੇ, ਪਹਿਲਾਂ ਪਤਾ ਨੀ। ਤੇ ਜਦੋਂ ਫਿਰ ਮੈਂ ਵੇਖਿਆ ਉਹਨਾਂ ਦਾ ਦਰਸ਼ਨ ਕੀਤਾ, ਫਿਰ ਤਾਂਘ ਰਹਿਣੇ ਵੀ ਬਾਬਾ ਜੀ ਦੇ ਫੇਰ ਦਰਸ਼ਨ ਕਰੀਏ। ਮੁੜ ਕੇ ਨਾ ਫੇਰ ਆਉਂਦੇ ਸਾਲ ਜਦੋਂ ਮੁੜ ਕੇ ਰਾਮ ਸਿੰਘ ਦਾ ਭੋਗ ਪਿਆ ਤੇ ਮਾਮੇ ਰਾਮ ਸਿੰਘ ਦਾ ਭੋਗ ਜਿਹੜਾ ਬਾਬਾ ਕਾਲੇ ਅਰਦਾਸ ਕਰਾਉਂਦੇ ਪਾਠ, ਫੇਰ ਮੈਂ ਨਾ ਆਨੀ ਆ ਵੀ ਸੁੱਖੀ ਆਪਾਂ ਬਾਬਾ ਜੀ ਦੇ ਦਰਸ਼ਨ ਕਰੀਏ। ਸੁੱਖ ਉਦੋਂ ਤੂੰ ਬਾਹਰ ਆ ਗਿਆ ਸੀ? ਨਹੀਂ, ਬਾਹਰ ਆ ਗਿਆ ਸੀ ਤੇ ਮੈਂ ਗੁੱਲੇ ਨਾਂ ਤੇ ਘਰ ਦੀ ਬੱਚੇ ਸੀ ਤੇ ਮੱਥਾ ਟੇਕਿਆ ਬਾਬਾ ਜੀ ਨੂੰ, ਉਹਨਾਂ ਸਗੋਂ ਕੋਲੋਂ 100-100 ਰੁਪਇਆ ਮੇਰੇ ਨੌਵਾਂ ਨੂੰ ਦਿੱਤਾ ਤੇ ਮੇਰੀ ਭੇਟਾ ਨਹੀਂ ਵੀ ਉਦਾਂ ਮੈਂ ਚੋਲੇ ਚ ਹੀ ਪਾਤੇ ਦਾ ਜੇਬ ਚ। ਤੇ ਮੁੜ ਕੇ ਮੈਂ ਬੇਨਤੀ ਕੀਤੀ, ਆਂਦਾ ਹੋਰ ਲਵੇਰਾ ਹੈ ਹੀ? ਮੈਂ ਕਿਹਾ ਹਾਂਜੀ ਬਾਬਾ ਜੀ ਕਿਰਪਾ ਵਾ। ਥੋੜਾ ਉੱਚੀ ਗੱਲ, ਮੈਂ ਕਿਹਾ ਵੀ ਪੋਤਾ ਮੇਰਾ ਨੀ ਇੱਕ ਠੀਕ ਰਹਿੰਦਾ, ਬਾਬਾ ਜੀ ਰਾਤ ਉੱਠ ਉੱਠ ਕੇ ਨੱਠਦਾ ਵਾ, ਕੋਈ ਉਹਦਾ ਇਲਾਜ ਨੀ ਲੱਭਣ ਡਿਆ ਵੀ ਜਿੱਦਾਂ ਡਾਕਟਰ ਨੇ ਵੀ ਆਖਿਆ ਵੀ ਇਹਦਾ ਸਿਰ ਦਾ ਨੁਕਸ ਵਾ, ਆਪਣੇ ਸਰਮੇ ਡਾਕਟਰ ਨੇ ਆਖਿਆ ਵੀ ਇਹਦਾ ਸਿਰ ਦਾ ਨੁਕਸ ਆ, ਬਰੇਨ ਵਾਲੇ ਹਸਪਤਾਲ ਖਾਲਾਂਗੇ ਅੰਮ੍ਰਿਤਸਰ। ਚਲੋ ਉਹਦੇ ਅਸੀਂ ਨਹੀਂ ਜਾ ਸਕੇ ਤੇ ਇੱਥੇ ਮਹਾਰਾਜ ਦਾ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਆਂਦੇ ਭਲਾ ਹੀ ਹੋਊਗਾ, ਤੇ ਭਲਾ ਵੀ ਹੋ ਗਿਆ, ਮੁੜ ਕੇ ਉਹ ਨੁਕਸ ਨਹੀਂ ਪਿਆ। ਉੱਠ ਉੱਠ ਦੌੜਦਾ ਹੁੰਦਾ, ਸਾਰਾ ਟੱਬਰ ਨੇ ਸੁੱਕਣੇ ਪਏ ਹੋਣਾ ਤੇ ਸਾਰੇ ਟੱਬਰ ਨੇ ਰੋਣਾ ਵੀ ਇਹਨੂੰ ਹੁੰਦਾ ਕੀ ਆ, ਤੇ ਏਦਾਂ ਉੱਠ ਉੱਠ ਕੇ ਦੌੜਨਾ, ਹੱਥ ਹੀ ਜੋੜੀ ਜਾਣੇ, ਚਲੋ ਕਿਰਪਾ ਮਹਾਰਾਜ ਕਹਿੰਦਾ ਨਾ ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਫਿਰ ਬਹੁਤ ਚਿਰ ਬਾਅਦ ਉਹਨੂੰ ਹੋਸ਼ ਆਉਂਦੀ ਹੁੰਦੀ ਸੀ ਤੇ ਮੁੜ ਕੇ ਫੇਰ ਜਦੋਂ ਤੂੰ ਆਇਆ ਨਾ ਇੰਡੀਆ, ਏਰੀਆ ਆਇਆ ਲਾਲੀ ਤੇ ਮੈਨੂੰ ਆਂਦਾ ਮਾਤਾ ਜੀ ਬਾਬਾ ਜੀ ਆਏ, ਚਲੋ ਉੱਥੇ ਬਟਾਲੇ ਦਰਸ਼ਨ ਕਰੀਏ। ਗਏ ਆ ਤੇ ਆਪਣਾ ਪ੍ਰਸ਼ਾਦਾ ਪਾਣੀ ਜਲ ਪਾਣੀ ਉਹਨਾਂ ਸਗਾਇਆ, ਇਹਨਾਂ ਨੂੰ ਤੁਸਾਂ ਡੱਬੇ ਡੁੱਬੇ ਖੜੇ ਹੋ ਤੇ ਉਦਣ ਅਗਲੇ ਦਿਨ ਖੜੇ, ਹਾਂਜੀ, ਤੇ ਦਰਸ਼ਨ ਕੀਤੇ ਆ। ਤੇ ਫੇਰ ਐਰਕਾਂ ਵਧੀਆ ਆਏ ਬਾਬਾ ਜੀ ਜਦੋਂ, ਮੈਂ ਜੋਗਿੰਦਰੀ ਦੁਕਾਨ ਤੋਂ ਦੋ ਡੱਬੇ ਖੜੇ ਆ ਮਿੱਠੇ ਦੇ, ਇੱਕ ਤੇ ਕੁੱਤਿਆਂ ਨੂੰ ਪਾਤਾ ਬਾਬਾ ਜੀ ਨੇ ਤੇ ਇੱਕ ਸੰਗਤਾਂ ਨੂੰ ਆਖਿਆ ਵੀ ਵੰਡ ਦਿਓ। ਬਹੁਤ ਫਰੂਟ ਗਏ ਪਾਸਿਓ, ਗਏ ਪਾਸਿਓ ਗੱਖੇ, ਗਏ ਪਾਸਿਓ ਬਹੁਤ ਸੰਗਤਾਂ ਵੀ ਲੈ ਕੇ ਆਉਂਦੀਆਂ, ਸਾਡੇ ਪਿੰਡ ਦੀਆਂ ਵੀ ਬਹੁਤ ਹੀ ਲਾਭਦੀਆਂ ਵੀ ਬੜੀਆਂ। ਬਹੁਤ ਟਾਈਮ ਅਸੀਂ ਬਾਬਾ ਜੀ ਕੋਲ ਬੈਠੇ ਰਹੇ ਥੱਲੇ, ਫਿਰ ਸਾਨੂੰ ਨਾ ਗਾਈਆਂ ਆ ਕੇ ਹੁੱਜਾਂ ਮਾਰਨ ਡੈ ਪਈਆਂ, ਆਂਦੀਆਂ ਆਂਦੇ ਆ ਸਿੰਘ ਆਂਦੇ, ਇੰਨਾ ਚਿਰ ਤੇ ਬੀਬੀ ਕਿਸੇ ਨੂੰ ਬਹਿਣ ਨੀ ਦਿੱਤਾ। ਮੈਂ ਸਾਡੀ ਘਰ ਵਾਲੀ ਗੱਲ ਵਾ, ਸਾਡਾ ਤੇ ਵੀਰ ਆ ਬਾਬਾ ਪਾਲਾ ਸੋ, ਸਾਨੂੰ ਇਹ ਵੀ ਨੀ ਪਤਾ ਵੀ ਸਾਡਾ ਵੀਰ ਕਦੇ ਬਾਬਾ ਕਹਿ ਲੈਣਾ ਕਦੇ ਵੀਰ ਕਹਿ ਲੈਣਾ, ਇਹ ਬੈਠੇ ਰਹੇ ਉਸਨੂੰ ਬਾਬਾ ਜੀ ਦੇ ਲਾਗੇ। ਤੇ ਫਿਰ ਜਦੋਂ ਉਹਨਾਂ ਆਖਿਆ ਵੀ ਹੁਣ ਜਾਓ ਚਾਲੇ ਪਾ ਜਾਓ, ਪ੍ਰਸ਼ਾਦੇ ਵੀ ਬੈਠਿਆਂ ਛਕੇ ਆ, ਫਰੂਟ ਵੀ ਸਕਦੇ ਰਹੇ ਆ, ਕੋਲੋਂ ਉਹਨਾਂ ਨੇ ਮੈਨੂੰ ਆਪਣਾ ਲੈ ਕੇ ਆਇਆ, ਆਪਣਾ ਜੂਸ ਵੀ ਲੈ ਕੇ ਆਏ, ਬੁੱਕਾਂ ਜੀ ਲੱਸੀ ਸਾਨੂੰ ਛਕਾਈ ਆ, ਅਸੀਂ ਪੀਤੀ ਆ ਦੋਵਾਂ ਵੀ ਨਾਲ, ਗੁਆਂਢਣ ਵੀ ਇੱਕ ਦੋ ਖੜੀ ਸੀ ਵੀ ਨਾਲ, ਭਰਜਾਈ ਦਿੱਲੀ ਵਾਲੀ
ਤਲੋਕੇ ਦੀ ਕੁੜੀ ਬਾਬਾ ਜੀ ਨੇ ਕੱਲੇ ਕੱਲੇ ਨੇ ਪੁੱਛਿਆ ਦਿੱਲੀ ਵਾਲੇ ਬਘੇਲ ਤੋਂ ਦੀ ਕਰਦੀ ਆ ਤੇ ਸਿਮਰਬਾੜੀ ਬਾਰੇ ਵੀ ਪੁੱਛਿਆ ਨੇ ਪੀ ਇਹ ਤਲੋਕਾ ਤੋਂ ਦੀ ਕੁੜੀ ਆ ਸਾਰਿਆਂ ਬਾਰੇ ਅਰਦਾਸ ਕੀਤੀ ਨਗਣਾ ਤੇ ਉੱਥੇ ਜਿਹੜੇ ਆਪਣੇ ਹੈਗੇ ਨਾ ਬੋਦੇ ਦੇ ਪੁੱਜਦੇ ਉਹਨਾਂ ਦੇ ਆਂਦੇ ਰੱਸੇ ਬੰਨ੍ਹ ਤੇ ਮੈਂ ਦੀ ਨੰਗਣ ਦੇਣੀਆਂ ਗਾਈਆਂ ਨੰਗਣੀ ਦੇਣੀਆਂ ਤੇ ਸਾਡੇ ਪਿੰਡ ਥਾਣੀ ਨੰਗੇ ਆ ਤੇ ਮੈਂ ਬਾਬਾ ਜੀ ਦੇ ਦਰਸ਼ਨਾਂ ਲੋਚਦੀ ਰਹੀ ਤੇ ਆਂਦੇ ਮੋਟਰਸਾਈਕਲ ਤੇ ਚਲ ਗਏ ਬਾਬਾ ਜੀ ਦੀ ਲੱਤ ਖਰਾਬ ਆ ਤੇ ਮੋਟਰਸਾਈਕਲ ਤੇ ਚਲ ਗਏ ਆ ਸਰਦਾਰ ਚਰਨਜੀਤ ਜੀ ਦੇ ਉੱਥੇ ਡੇਰੇ ਲੱਗੇ ਮਿੱਠੂ ਕੇ ਡੇਰੇ ਲੱਗੇ ਬੈਠੇ ਰਹੇ ਉਦਾਮ ਤੇ ਬਿਠਾ ਲਿਆ ਉਹਨਾਂ ਨੇ ਪਲੰਗਾ ਵਿਛਾ ਕੇ ਤੇ ਅਸੀਂ ਚਲੋ ਆ ਗਏ ਇਹਨੇ ਕਿ ਮੇਰੇ ਕੋਲ ਬਦਾਮ ਹੀ ਮੈਂ ਕਿਹਾ ਆ ਲਓ ਜੀ ਸਿੰਘ ਸਾਹਿਬ ਰਗੜੇ ਚ ਪਾ ਲਿਓ ਮੈਂ ਰਾਮ ਸੋ ਦੀ ਭੈਣ ਵਾ ਜਾਂ ਫਿਰ ਭਲਵਾਨ ਦੀ ਮੋਹਨ ਸਿੰਘ ਦੀ ਤੇ ਉਹਨੇ ਮੇਰੇ ਗੋਡੀ ਹੱਥ ਲਾਉਣੋ ਨੀ ਹਟੇ ਮੈਂ ਕਿਹਾ ਨਹੀਂ ਮਹਾਰਾਜ ਮੈਂ ਤੇ ਸੰਗਤਾਂ ਦੇ ਦਰਸ਼ਨਾਂ ਦੀ ਹਾਂਜੀ ਬੱਚੇ ਤੇ ਬਾਹਰ ਵਾ ਇੱਕ ਹੀ ਬੱਚਾ ਇੱਥੇ ਇੰਡੀਆ ਮੈਂ ਕੀਤਾ ਵੀ ਦਵਾਈ ਹੱਥੇ ਪਾਈ ਮੈਂ ਵੀਰਪਾਲਾ ਸਾਹਿਬ ਗਾਈ ਘਲਾ ਦੇ ਵੀਰਪਾਲਾ ਸਾਹਿਬ ਦੇ ਲਵੇਰਾ ਤੇ ਉਹ ਮੈਂ ਦਵਾਈ ਹੱਥੇ ਪਾਈ ਤੇ ਖਾਣ ਲੱਗੀ ਉਹਦਾ ਦੁੱਧ ਗਰਮ ਕੀਤਾ ਸਾਨੂੰ ਗਾਈਆਂ ਦਾ ਜਿਹੜਾ ਲਵੇਰਾ ਚੰਗਾ ਲੱਗਦਾ ਵਾ ਮੱਝਾਂ ਨਾਲੋਂ ਤੇ ਉਹ ਅਜੇ ਕਹਿਣ ਦੀ ਡੇਰ ਤੇ ਚਲੋ ਮੇਰੇ ਹੁੰਦਿਆਂ ਹੀ ਤਿਆਰ ਹੋ ਕੇ ਚਲ ਗਈ ਹੋਰ ਅੱਧੇ ਘੰਟੇ ਬਾਅਦ ਨਾਲ ਹੀ ਤੇ ਧੀਰਵਾ ਫੋਨ ਆ ਗਿਆ ਵੀ ਮੰਮੀ ਗਾਈ ਪਸੰਦ ਆ ਚੋ ਕੇ ਵੇਖੇ ਦੁੱਧ ਮੈਂ ਤੁਸੀਂ ਲੈ ਹੀ ਆਓ ਫਿਰ ਉਸੇ ਵੇਲੇ ਦੀ ਗੱਲ ਵਾ ਤੇ ਜਦੋਂ ਬਾਬਾ ਜੀ ਦੇ ਦਰਸ਼ਨ ਕੀਤੇ ਐਰਕਾਂ ਤੇ ਆਂਦੇ ਆ ਵੀ ਲਵੇਰੇ ਦੀ ਸੁਣਾਓ ਕਿੱਦਾਂ ਲਵੇਰਾ ਹੈਗਾ ਵਾ ਬਾਬਾ ਪਾਲਾ ਜੀ ਆਂਦੇ ਲਵੇਰਾ ਹੈਗਾ ਮੈਂ ਵੀਰ ਉਹਦੇ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਮੈਂ ਅਰਦਾਸਾਂ ਕਰਦੀ ਤੂੰ ਸੁਣੀ ਆ ਉਸੇ ਵੇਲੇ ਦੀ ਅੱਧਾ ਘੰਟਾ ਵੀ ਨੀ ਪਿਆ ਤੇ ਪੀ ਹੋਰ ਨਾਲ ਹੀ ਤੇ ਪਿੰਡ ਹੈਗਾ ਗਾਈ ਲਾ ਕੇ ਲੈਣ ਦੀ ਬਹੁਤ ਪਾਰ ਕਿਰਪਾ ਬਾਬਾ ਪਾਲਾ ਸਿੰਘ ਦੀ ਚੜ੍ਹਦੀ ਕਦਮਾਂ ਇਹ ਫਿਰ ਤੁਹਾਨੂੰ ਜਦੋਂ ਬਾਬਾ ਪਾਲਾ ਜੀ ਪੂਰੇ ਕਿੱਦਾਂ ਪਤਾ ਲੱਗਾ ਉਹਨਾਂ ਅਸੀਂ ਭੋਗ ਤੋਂ ਡੇ ਉਹਦੇ ਆਪਣੇ ਦੇ 11 ਤਰੀਕ ਨੂੰ ਹੋਏ ਨਾ ਹਾਂਜੀ 11 ਤਰੀਕ ਨੂੰ ਹੋਏ ਤੇ ਅਸੀਂ ਗੱਡੀ 'ਚ ਆਉਣ ਡਏ ਹਾਂ ਤੇ ਸੁੱਖ ਨੇ ਫੋਨ ਕੀਤਾ ਮਾਤਾ ਤੁਹਾਨੂੰ ਪਤਾ ਲੱਗਾ ਕੁਛ ਮੈਂ ਕਿਹਾ ਵੀ ਮੈਨੂੰ ਤਾਂ ਕੋਈ ਪਤਾ ਨਹੀਂ ਆਉਂਦੇ ਬਾਬਾ ਪਾਲਾ ਸਿੰਘ ਚੋਲਾ ਛੱਡ ਗਏ ਆ ਫਿਰ ਤੇ ਇੱਦਾਂ ਹੋ ਗਿਆ ਦਿਲ ਨੂੰ ਵੀ ਕਿੱਦਾਂ ਹੋ ਸਕਦੀ ਮੈਂ ਲਾਲੀ ਨੂੰ ਫੋਨ ਲਾਇਆ ਲਾਲੀ ਤੈਨੂੰ ਪਤਾ ਵੀ ਇੱਦਾਂ ਬੈਠੀ ਗੱਡੀ ਦੇ ਵਿੱਚ ਤੇ ਘਰ ਵੀ ਲੰਗਰ ਦਾ ਪ੍ਰੋਗਰਾਮ ਸੀ ਗੁਰੂ ਨਾਨਕ ਦਾ ਆਪਣਾ ਵਿਆਹ ਸੀ ਬਾਬੇ ਦਾ ਲੰਗਰ ਦਾ ਵੀ ਸਾਰਾ ਸਮਾਨ ਲਿਆਂਦਾ ਸੀ ਤੇ ਇੱਕ ਦੋ ਹੋਰ ਵੀ ਕੰਮ ਸੀ ਮੈਂ ਜਾ ਨਹੀਂ ਸਕੀ ਉੱਦਾਂ ਸੰਸਕਾਰ ਤੇ ਨਹੀਂ ਜਾ ਸਕੀ ਤੇ ਫਿਰ ਮੈਂ ਜਿੱਦਣ ਫੁੱਲ ਚੁਗੇ ਆ ਫੁੱਲ ਜਦੋਂ ਪਰਵਾਉਣ ਗਏ ਉੱਥੇ ਬਿਆਸ ਤੇ ਉੱਦਣ ਮੈਂ ਗਈ ਹਾਂ ਫਿਰ ਕੀਤੇ ਦਰਸ਼ਨ ਮਿਲੇ ਸੋ ਇਹ ਸੀਗੇ ਸਾਡੀ ਮਾਤਾ ਵੱਲੋਂ ਜੋ ਵੀ ਉਹਨਾਂ ਨੇ ਬਾਬਾ ਪਾਲਾ ਜੀ ਦੇ ਦਰਸ਼ਨ ਕੀਤੇ ਆ ਜੋ ਉਹਨਾਂ ਦੇ ਜੋ ਵੀ ਨਾਲ ਬੱਚੇ ਦੀ ਅਰਦਾਸ ਕੀਤੀ ਸੀਗੀ ਸੋ ਵੀਰ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਜਦ ਦਿਲਾਂ ਦੀਆਂ ਜਾਣਨ ਵਾਲੇ ਸੀ ਰੱਬੀ ਰੂਹ ਸੀਗੇ ਬਾਬਾ ਪਾਲਾ ਜੀ ਸੋ ਮੈਨੂੰ ਇੱਕ ਗੱਲ ਹੋਰ ਚੇਤੇ ਆਈ ਕਿਸੇ ਵੀਰ ਨੇ ਸਾਡੇ ਪਿੰਡ ਦੇ ਨੇ ਦੱਸਿਆ ਕਹਿੰਦੇ ਵੀ ਏਦਾਂ ਬਾਬਾ ਪਾਲਾ ਜੀ ਜਦੋਂ ਬਟਾਲੇ ਆਏ ਆ ਬਾਈਪਾਸ ਤੇ ਬੈਠੇ ਏਦਾਂ ਕਹਿੰਦੇ ਮੈਂ ਨਾ ਦੁੱਧ ਲੈ ਕੇ ਜਾਣ ਡਿਆ ਮਗਰ ਡੋਣੇ ਬੱਧੇ ਦੁੱਧੀ ਸੀਗਾ ਦੁੱਧ ਲੈ ਕੇ ਜਾਣ ਡਿਆ ਕਿਉਂਕਿ ਸਾਡੇ ਜ਼ਿਆਦਾਤਰ ਜਿਹੜੇ ਆ ਪਿੰਡ ਦੇ ਦੁੱਧ ਬਟਾਲੇ ਖੜਦੇ ਆ ਤੇ ਕਹਿੰਦੇ ਕਿ ਮੈਂ ਨਾ ਪਿੱਛੇ ਜਿਹੋ ਕੇ ਖਲੋ ਗਿਆ ਅਮਨ ਨਾਮ ਮੁੰਡੇ ਦਾ ਕਹਿੰਦਾ ਮੈਂ ਪਿੱਛੇ ਜਿਹੋ ਕੇ ਖਲੋ ਗਿਆ ਤੇ ਬਾਬਾ ਜੀ ਨੇ ਆਵਾਜ਼ ਮਾਰ ਲਈ ਬਾਬਾ ਪਾਲਾ ਜੀ ਨੇ ਵੀ ਸਿੰਘਾ ਦੁੱਧ ਸਾਰਾ ਹੀ ਲੈ ਆ ਅੱਗੇ ਤੇ ਕਹਿੰਦਾ ਕਿ ਮੈਂ ਹੈਰਾਨ ਹੋ ਗਿਆ ਕਿ ਬਾਬਾ ਜੀ ਨੂੰ ਪਤਾ ਕਿੱਦਾਂ ਲੱਗਾ ਕਿ ਮੈਂ ਦੁੱਧ ਲੈ ਕੇ ਆਇਆ ਦੁੱਧ ਹੀ ਆ ਜਾਂ ਮੇਰੇ ਕੋਲ ਦੁੱਧ ਹੈਗਾ ਆਮ ਇੰਨੀ ਸੰਗਤ ਖੜੀ ਆ ਤੇ ਪਤਾ ਕਿੱਦਾਂ ਲੱਗ ਗਿਆ ਹਾਂ ਖਾਲੀ ਵੀ ਭਾਂਡੇ ਹੋ ਸਕਦੇ ਆਮ ਉਦਾਂ ਸੰਗਤ ਆਉਂਦੀ ਆ ਤੇ ਕਹਿੰਦੇ ਕਿ ਬਾਬਾ ਜੀ ਦਾ ਮੈਂ ਕਹਿਣਾ ਨਹੀਂ ਮੋੜਿਆ ਤੇ ਮੈਂ ਸਿੱਧਾ ਦੁੱਧ ਲੈ ਆਂਦਾ ਮਤਲਬ ਕੀ ਨਾਂ ਸੀ ਉਸ ਜਿਹੜਾ ਨਾਂ ਕੱਟੇ ਦਾ ਲੈਣ ਦੇ ਨਹੀਂ ਚਲੋ ਨਾ ਯਾਦ ਤੁਹਾਨੂੰ ਭੁੱਲ ਗਿਆ ਵਾ ਸੋ ਕਹਿੰਦੇ ਆ ਕੇ ਸਾਡੇ ਅਮਨਵੀਰ ਨੇ ਬੜਕੂ ਹਾਂ ਬੜਕੂ ਅਮਨਵੀਰ ਦੱਸਦਾ ਕਹਿੰਦੇ ਕਿ ਜਿੱਦਾਂ ਬਾਬਾ ਜੀ ਨੇ ਡੋਣੇ ਜਿੱਦਾਂ ਵੀ ਮੈਂ ਦੁੱਧ ਲੈ ਆਂਦਾ ਕੁਝ ਬੜਕੂ ਨਾਂ ਦਾ ਉਹਨਾਂ ਕੋਲ ਛੋੜਾ ਜਿਹਾ ਇੱਕ ਕੱਟਾ ਸੀਗਾ ਤੇ ਅੱਧਾ ਦੁੱਧ ਉਹਨੂੰ ਪਿਆ ਤਾ ਬਾਕੀ ਸਰਦਾਈ ਵਿੱਚ ਪਾ ਲਿਆ ਕੁਝ ਸੰਗਤਾਂ ਨੂੰ ਛਕਾ ਤਾ ਕਹਿੰਦਾ ਕਿ ਮੈਂ ਧੰਨ ਧੰਨ ਹੋ ਗਿਆ ਕਿ ਸੱਚੇ ਪਾਤਸ਼ਾਹ ਇਹੋ ਜਿਹੀਆਂ ਰੂਹਾਂ ਵੀ ਮਹਾਨ ਸੰਤ ਵੀ ਸੰਤ ਦੁਨੀਆਂ ਦੇ ਆਉਂਦੇ ਜਾਂਦੇ ਰਹਿੰਦੇ ਆ ਇਹ ਚ ਕੋਈ ਸ਼ੱਕ ਨਹੀਂ ਸਾਡੀ ਪਛਾਣਨ ਵਾਲੀ ਅੱਖ ਹੋਣੀ ਚਾਹੀਦੀ ਆ ਸੋ ਅੱਜ ਦੇ ਇਹ ਵਿਚਾਰ ਮੈਂ ਆਸ ਕਰਦਾ ਕਿ ਸੰਗਤਾਂ ਨੂੰ ਕੁਝ ਜਿਹੜੇ ਰਹਿ ਗਏ ਸੀਗੇ ਕਿਉਂਕਿ
ਬਾਬਾ ਪਾਲਾ ਜੀ ਬਾਰੇ ਬਹੁਤ ਕੁਝ ਸੰਗਤਾਂ ਨੇ ਦੱਸਿਆ। ਇਹ ਅੱਜ ਦੇ ਵਿਚਾਰ ਸਾਡੀ ਮਾਤਾ ਸਰੀਆ ਆਈ, ਉਹਨਾਂ ਨੇ ਦੱਸਿਆ ਕੁਝ। ਕਬੀਰ ਦੀ ਮੈਨੂੰ ਗੱਲ ਚੇਤੇ ਆ ਗਈ, ਸੋ ਮੈਂ ਦੱਸਦੀ। ਧੰਨ ਧੰਨ ਬਾਬਾ ਪਾਲਾ ਜੀ, ਬਾਬਾ ਕਾਲਾ ਸਾਹਿਬ ਵਾਲੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਰੱਖਣ ਹਮੇਸ਼ਾ ਇਸ ਪਰਿਵਾਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।